ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਨਾਲ ਨੇ ਜੀ ਧਰਮਪ੍ਰੀਤ ਸਿੰਘ ਜਿਨ੍ਹਾਂ ਦਾ ਯੂਕੇ ਦਾ ਸਟੱਡੀ ਵੀਜ਼ਾ ਗ੍ਰਾਂਟ ਹੋਇਆ ਸੋ ਬਹੁਤ ਬਹੁਤ ਮੁਬਾਰਕਾਂ ਵੀਰੇ ਥੈਂਕ ਯੂ ਸੋ ਸਭ ਤੋਂ ਪਹਿਲਾਂ ਮੈਨੂੰ ਇਹ ਦੱਸ ਤੇਰੀ ਪ੍ਰੋਫਾਈਲ ਕੀ ਹੈਗੀ ਹੈ ਮੈਂ ਵੀਰੇ 22 ਪਾਸ ਆਊਟ ਹਾਂ ਪਲੱਸ 2 ਤੇ ਉਸ ਤੋਂ ਬਾਅਦ ਮੈਂ ਪੀਡੀ ਕੀਤੀ ਹੈ ਓਕੇ ਕਿੰਨੇ ਪਰਸੈਂਟ ਸੀਗੇ ਤੇਰੇ ਮੇਰੇ 66% ਸੀਗੇ ਜੀਪੀਐਸਸੀ ਤੇ ਪੀਡੀ ਤੋਂ ਮੇਰੇ 65 ਸਕੋਰ ਆ ਓਕੇ ਪਹਿਲਾਂ ਕਦੀ ਕਿਤੇ ਰਿਫਿਊਜ਼ ਤਾਂ ਨਹੀਂ ਹੈਗਾ ਪਹਿਲਾਂ ਆਸਟ੍ਰੇਲੀਆ ਦਾ ਇੱਕ ਰਿਫਿਊਜ਼ਲ ਆਈ ਹੈ ਓਕੇ ਆਸਟ੍ਰੇਲੀਆ ਤੋਂ ਇੱਕ ਰਿਫਿਊਜ਼ਲ ਆਈ ਹੈ ਸੋ ਤੈਨੂੰ ਸਭ ਤੋਂ ਪਹਿਲਾਂ ਮੈਨੂੰ ਇਹ ਦੱਸ ਤੈਨੂੰ ਓਮ ਗਲੋਬਲ ਬਾਰੇ ਕਿੱਦਾਂ ਪਤਾ ਲੱਗਾ ਜੀ ਇੱਥੋਂ ਮੇਰੇ ਪਹਿਲਾਂ ਮੇਰੀ ਸਿਸਟਰ ਦੀ ਫਾਈਲ ਲੱਗੀ ਹੈ ਆਸਟ੍ਰੇਲੀਆ ਦੀ ਉਹਨਾਂ ਦਾ ਵੀ ਮਤਲਬ 2-3 ਮਹੀਨੇ ਦੇ ਵਿੱਚ ਵੀਜ਼ਾ ਗ੍ਰਾਂਟ ਕਰਵਾਤਾ ਸੀਗਾ ਓਮ ਗਲੋਬਲ ਨੇ ਓਕੇ ਹੋਰ ਸਭ ਤੋਂ ਮੇਨ ਚੀਜ਼ ਇਹ ਹੁੰਦੀ ਆ ਵੀ ਤੈਨੂੰ ਸਰਵਿਸ ਕਿੱਦਾਂ ਦੀ ਲੱਗੀ ਸੀਗੀ ਸਾਡੀ ਮੈਨੂੰ ਬਹੁਤ ਵਧੀਆ ਸਰਵਿਸ ਲੱਗੀ ਸਟਾਫ ਬੜਾ ਕੋਆਪਰੇਟਿਵ ਆ ਤੇ ਭਾਜਣ ਦਾ ਬਹੁਤ ਵਧੀਆ ਨੇਚਰ ਆ ਤੇ ਬਹੁਤ ਕੋਆਪਰੇਟ ਕਰਦੇ ਆ ਸਾਰਿਆਂ ਨਾਲ ਤੇ ਮੈਨੂੰ ਮਤਲਬ ਇਹਨਾਂ ਨੇ 2-3 ਮਹੀਨੇ ਦੇ ਵਿੱਚ ਜਲਦੀ ਵੀਜ਼ਾ ਗ੍ਰਾਂਟ ਕਰਵਾਤਾ ਹੈ ਸੇ ਤੂੰ ਸਾਰਿਆਂ ਨੂੰ ਕੀ ਰეკਮੈਂਡ ਕਰਨਾ ਚਾਹੁੰਦਾ ਮੈਂ ਸਾਰਿਆਂ ਨੂੰ ਰეკਮੈਂਡ ਕਰਦਾ ਹਾਂ ਕਿ ਮਤਲਬ ਖਰਾਬ ਹੋਣ ਨਾਲੋਂ ਵਧੀਆ ਕਿ ਸਭ ਤੋਂ ਪਹਿਲਾਂ ਤਾਂ ਯੋਮ ਗਲੋਬਲ ਕੋਲ ਹੀ ਆਉਂ ਸਕਦਾ ਤੇ ਆਪਣਾ ਵੀਜ਼ਾ ਹਾਸਲ ਕਰੋ ਸੋ ਜੇਕਰ ਤੁਸੀਂ ਵੀ ਕਿਤੇ ਜਾਣਾ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਯੂਕੇ ਜਾਂ ਫਿਰ ਯੂਐਸਏ ਤਾਂ ਓਮ ਗਲੋਬਲ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਜਾ ਕੇ ਵਿਜ਼ਿਟ ਕਰੋ ਆਪਣੀ ਪ੍ਰੋਫਾਈਲ ਅਸੈਸਮੈਂਟ ਕਰਵਾ ਕੇ ਅਪਲਾਈ ਕਰੋ ਤੇ ਧਰਮਪ੍ਰੀਤ ਵਾਂਗ ਆਪਣਾ ਵੀਜ਼ਾ ਗ੍ਰਾਂਟ ਕਰਵਾਓ ਧੰਨਵਾਦ